ਐਕਸਟੈਂਸ਼ਨ ਦਿਲ ਦੀ ਗੱਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਮੈਂ ਹਾਂ ਤੁਹਾਡਾ ਆਪਣਾ ਅਮ੍ਰਿਤ ਮਾਨ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੀ ਆਪਣੀ ਨੀਰੂ ਬਾਜਵਾ। ਅਸੀਂ ਕਰਾਂਗੇ ਨਾ ਇੱਧਰ ਦੀ ਗੱਲ ਨਾ ਉੱਧਰ ਦੀ ਗੱਲ, ਸਿਰਫ ਤੇ ਸਿਰਫ ਦਿਲ ਦੀ ਗੱਲ। ਆਉਣ ਦੇ ਸਵਾਲ ਨਹੀਂ, ਇੰਜੀਨੀਅਰਿੰਗ ਦੀ ਪੜ੍ਹਾਈ ਦੀ ਇੰਨੀ ਫਾਇਦਾ ਤਾਂ ਨਹੀਂ, ਬਟ ਐਜੂਕੇਸ਼ਨ ਇੱਦਾਂ ਦੀ ਚੀਜ਼ ਆ ਕਿ ਤੁਹਾਨੂੰ ਐਟੀਕੇਟਸ, ਤੁਹਾਡਾ ਟੀਮ ਜਿਹੜੀ ਕਾਲਜ ਟਾਈਮ ਦੇ ਵਿੱਚ ਤੁਸੀਂ ਸਿੱਖਦੇ ਹੋ, ਜਦੋਂ ਤੁਸੀਂ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਂਦੇ ਹੋ, ਬਹੁਤ ਚੀਜ਼ਾਂ ਤੁਸੀਂ ਸਿੱਖਦੇ ਹੋ ਜਿਹੜੀਆਂ ਤੁਹਾਨੂੰ ਬਾਅਦ 'ਚ ਐਜ਼ ਐਨ ਆਰਟਿਸਟ ਕੰਮ ਆਉਂਦੀਆਂ। ਸੋ ਸਟੱਡੀ ਪ੍ਰੈਕਟੀਕਲੀ ਪੜ੍ਹਾਈ ਲਿਖਾਈ ਦੀ ਗੱਲ ਨਹੀਂ, ਪਰ ਜਿਹੜੇ ਕਾਲਜ ਲਾਈਫ ਦੇ ਵਿੱਚ ਇੱਕ ਪੜ੍ਹਾਈ ਆਪਾਂ ਨੂੰ ਵੈਸੇ ਇਨਵਾਇਰਮੈਂਟ ਦੀ ਜਿਹੜੀ ਸੈਂਸ ਹੈ ਅਤੇ ਜੱਜਮੈਂਟ ਦਿੰਦੀ ਹੈ, ਉਹਦਾ ਮੈਨੂੰ ਬਹੁਤ ਫਾਇਦਾ ਮਿਲਦਾ। ਬਹੁਤ ਵਧੀਆ ਰਿਹਾ, ਕੰਮ ਕਰ ਰਹੀ ਹਾਂ, ਸੋ ਬਹੁਤ ਖੁਸ਼ ਹਾਂ ਅਤੇ ਸਾਰਿਆਂ ਨਾਲ ਨਵੇਂ ਨਵੇਂ ਐਕਸਪੀਰੀਅੰਸਿਸ ਜਿਹੜੇ ਮਿਲਦੇ ਆ, ਆਈ ਗਰੋ ਐਵਰੀ ਡੇ, ਤੋਂ ਬਹੁਤ ਖੁਸ਼ ਹਾਂ। ਆਈ ਥਿੰਕ ਮੈਂ ਆਪਣੀ ਪਰਸਨੈਲਿਟੀ ਨੂੰ ਘੱਟ ਡਿਸਕ੍ਰਾਈਬ ਕਰ ਸਕਦਾ, ਮੇਰਾ ਖਿਆਲ ਹੈ ਮੇਰਾ ਆਲਾ ਦੁਆਲਾ ਮੇਰੇ ਨਾਲ ਦੇ ਵੱਧ ਦੱਸ ਸਕਦੇ ਕਿ ਮੈਂ ਕਿੱਦਾਂ ਦਾ ਇਨਸਾਨ ਹਾਂ, ਬਟ ਹਾਂ ਜਿੱਦਾਂ ਦੇ ਗਾਣੇ ਆਉਂਦੇ ਆ ਉਦੋਂ ਥੋੜ੍ਹਾ ਜਿਹਾ ਉੱਦਾਂ ਦਾ ਨਹੀਂ ਗਾ, ਕਿਉਂਕਿ ਗਾਣੇ ਔਨ ਸਕਰੀਨ ਅਤੇ ਆਫ ਸਕਰੀਨ ਬੰਦੇ ਨੂੰ ਦੋ ਡਿਫਰੈਂਟ ਡਿਫਰੈਂਟ ਚੀਜ਼ਾਂ ਆਪਾਂ ਜਿਹੜੇ ਕਰੈਕਟਰਾਂ ਨਿਭਾਉਣੇ ਆ। ਸੋ ਗਾਣਿਆਂ ਦੇ ਵਿੱਚ ਕਈ ਵਾਰੀ ਆਪਾਂ ਫੀਲਿੰਗ ਆਪਣੀ ਐਕਸਪ੍ਰੈਸ ਕਰਦੇ ਹਾਂ, ਪਰ ਕਈ ਵਾਰੀ ਰੀਅਲ ਲਾਈਫ ਦੇ ਵਿੱਚ ਆਪਾਂ ਉੱਦਾਂ ਦੇ ਨਹੀਂ ਹੁੰਦੇ। ਇਹਨਾਂ ਨੂੰ ਤਾਂ ਮੈਂ 9 out of 9 ਹੀ ਦੇਊਂਗਾ, ਕਿਉਂਕਿ ਇੰਗਲਿਸ਼ ਤਾਂ ਉੱਥੋਂ ਦੇ ਕੈਨੇਡਾ ਦੇ ਬੋਰਨ ਨੇ, ਇੰਗਲਿਸ਼ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਇਹਨਾਂ ਨੂੰ ਕੋਈ ਨੰਬਰ ਦੇਵਾਂ। ਆਈ ਗੈਸ ਤੁਹਾਨੂੰ ਵੀ ਮੈਂ 9 out of 9 ਹੀ ਹੁੰਦੇ, ਮੈਨੂੰ ਤਾਂ ਪਤਾ ਹੀ ਨਾ ਹੁੰਦੇ, ਪੰਜਾਬ ਵਾਲਿਆਂ ਨੂੰ ਪਤਾ ਹੁੰਦਾ। ਅੱਛਾ, ਇਹਨਾਂ ਨੂੰ ਵੀ 9 out of 9। ਬਹੁਤ ਵਧੀਆ ਇੰਗਲਿਸ਼ ਬੋਲਦੇ ਆ। ਪੰਜਾਬੀ ਤਾਂ ਮੈਨੂੰ ਆਉਣਾ ਨਹੀਂ ਕੁਛ, ਬਟ ਮੈਂ ਬਹੁਤ ਵਧੀਆ ਮੂਛੇ ਹੋ ਤੋ ਅੰਮ੍ਰਿਤ ਮਾਨ ਜੈਸੀ ਹੋ, ਕਿਆ ਕੀ ਹੋ ਡਾਇਲੋਗ ਸ਼ਰਾਬੀ ਦਾ ਵਰਨਾ ਨਾ ਹੋ। ਨਹੀਂ, ਆਈ ਥਿੰਕ ਜਦੋਂ ਟੈਕਨੀਕਲ ਪ੍ਰੋਬਲਮ ਜ਼ਿਆਦਾ ਹੁੰਦੀ ਸੀ ਉਦੋਂ ਮੈਂ ਕਿ ਚਲੋ ਠੀਕ ਆ, ਮੈਂ ਹੀ ਥੋੜ੍ਹਾ ਜਿਹਾ ਜਦੋਂ ਕਹਿ ਦਈਏ ਵੀ ਸਟ੍ਰੈਚ ਹੋ ਜਾਂਦਾ ਸੀ ਅਤੇ ਰਾਤ ਦਾ ਵੇਲਾ ਹੁੰਦਾ ਸੀ, ਉੱਧਰੋਂ ਪੈਕਅਪ ਹੋਣਾ ਹੁੰਦਾ ਸੀ, ਲਾਸਟ ਸ਼ਾਟ ਹੁੰਦਾ ਸੀ, ਉਦੋਂ ਫਿਰ ਇਹਨਾਂ ਦੇ ਆਏ ਆਏ ਵਾਲੇ ਰਿਐਕਸ਼ਨ ਆਉਂਦੇ ਹੁੰਦੇ ਸੀ, ਉਹ ਕਦੇ ਥੋੜ੍ਹਾ ਥੋੜ੍ਹਾ ਗੁੱਸਾ ਕਰਦਾ। ਪੰਜਾਬ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ, ਹੁਣ ਮੈਂ ਪਹਿਲਾਂ ਤਾਂ ਇੰਡੀਆ ਹੀ ਰਹਿੰਦੀ ਹੁੰਦੀ ਸੀ, ਪਰ ਜਦੋਂ ਦਾ ਵਿਆਹ ਹੋ ਕੇ ਮੈਂ ਉੱਥੇ ਕੈਨੇਡਾ ਸ਼ਿਫਟ ਹੋਈ ਹਾਂ, ਮੈਨੂੰ ਬਹੁਤ ਹੀ ਮਤਲਬ ਈਗਰ ਹੁੰਦੀ ਹਾਂ ਕਿ ਸਾਲ 'ਚ ਇੱਕ ਵਾਰੀ ਤਾਂ ਮੈਂ ਪੰਜਾਬ ਆਵਾਂ, ਐਸਪੈਸ਼ਲੀ ਆਪਣੀ ਬੇਟੀ ਨੂੰ ਲੈ ਕੇ। ਹਾਂਜੀ, ਬਹੁਤ ਜ਼ਿਆਦਾ ਕਰਦੇ ਹਾਂ ਕਿਉਂਕਿ ਮੈਨਰਲੈਸ ਲੋਕ ਆਏ ਕਰਦੇ ਹੁੰਦੇ ਆ, ਸੋ ਬਹੁਤ ਮਾਇੰਡ ਕਰਦੇ ਹਾਂ, ਅਤੇ ਉੱਥੇ ਕੈਨੇਡਾ ਤਾਂ ਸਾਡੇ ਕੋਲ ਕੋਈ ਰਾਮ ਮੂਵੀ ਹੈ ਨਹੀਂ ਕਿ ਉਹ ਕਰਦੀ ਸਾਫ ਕਰਦੇ। ਹਾਂਜੀ, ਜ਼ਰੂਰ ਜਾਊਂਗੀ, ਉਹ ਤਾਂ ਬਠਿੰਡੇ ਹੀ ਆਪਣਾ ਨਾ। ਹਾਂਜੀ, ਨਾਲ ਹੀ ਆ, ਸੋ ਆਫਕੋਰਸ ਜਾਊਂ, ਕਿਉਂਕਿ ਮੇਰਾ ਵੀ ਮਤਲਬ ਮੇਰਾ ਘਰ ਵੀ ਬਠਿੰਡੇ ਹੀ ਆ, ਸੋ ਮੈਨੂੰ ਤਾਂ ਬਸ ਮੌਕਾ ਮਿਲਿਆ, ਆਈ ਵੁਡ ਲਵ ਟੂ ਗੋ। ਹਜੇ ਵੈਸੇ ਇਹਨਾਂ ਨੇ ਇਨਵਾਈਟ ਤਾਂ ਕੀਤਾ ਨਹੀਂ, ਬਟ ਮੇ ਬੀ ਇਸ ਕੁਐਸਚਨ ਤੋਂ ਬਾਅਦ ਅੱਜ ਟੀਵੀ ਦੇ ਅਫੀਸ਼ੀਅਲੀ ਇਨਵਾਈਟ ਕਰ ਲੈਣੇ, ਜਦੋਂ ਵੀ ਮੌਕਾ ਲੱਗਿਆ ਆਪਾਂ ਇਹਨਾਂ ਨੂੰ ਦਿਖਾ ਕੇ ਲਿਆਵਾਂਗੇ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਜੀ ਆਪਦਾ ਘਰ ਮੰਮ ਡੈਡ ਨੂੰ ਬੁਲਾਊਂਗਾ ਇਹਨਾਂ ਨਾਲ, ਕਿਉਂਕਿ ਇਹਨਾਂ ਦੇ ਮਤਲਬ ਫੈਨ ਨੇ ਅਤੇ ਇਹਨਾਂ ਦੀਆਂ ਮੂਵੀਜ਼ ਕਾਫੀ ਉਹਨਾਂ ਨੇ ਪਹਿਲਾਂ ਦੇਖੀਆਂ, ਐਂਡ ਫਿਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਗੁਨਿਆਣਾ ਮੰਡੀ ਵਿੱਚ ਕਾਫੀ ਫੇਮਸ ਹੈ, ਉੱਥੇ ਉਹਨਾਂ ਨੂੰ ਲੈ ਕੇ ਜਾਊਂਗਾ ਅਤੇ ਫਿਰ ਖੇਤਾਂ ਦੀ ਸੈਰ ਕਰਾ ਦਾਂਗੇ ਮਾੜੀ ਮੋਟੀ, ਕਿਉਂਕਿ ਕੈਨੇਡਾ ਰਹਿੰਦੇ ਨੇ, ਇੱਥੇ ਥੋੜ੍ਹਾ ਜਿਹਾ ਫੋਰ ਅ ਚੇਂਜ ਇਹਨਾਂ ਨੂੰ ਵਧੀਆ ਲੱਗੂਗਾ, ਅਤੇ ਫਿਰ ਇਹਨਾਂ ਨੂੰ ਜਿਹੜੇ ਆਪਣੇ ਉੱਥੇ ਢਾਬੇ ਆ, ਢਾਬਿਆਂ ਦੀ ਰੋਟੀ ਇੱਕ ਵਾਰੀ ਜ਼ਰੂਰ ਖਾਣੀ ਹੈ, ਘਰ ਦੇ ਨਾਲ ਘਰ ਦੀ ਤਾਂ ਖਾਣੀ ਖਾਣੀ, ਪਰ ਢਾਬਿਆਂ ਦੀ ਜ਼ਰੂਰ।
ਹਾਂ ਜੀ ਮੈਂ ਕਦੇ ਵੀ ਕਿਸੇ ਵੀ ਐਕਟਰ ਨੂੰ ਕਦੇ ਵੀ ਕੋਈ ਟਿਪ ਨਹੀਂ ਦਿੰਦੀ ਔਨ ਪਰਫੋਰਮੈਂਸ ਬੇਸ ਅਤੇ ਵੈਸੇ ਵੀ ਇੰਨੇ ਨੈਚੁਰਲ ਪਰਫੋਰਮਰ ਹਨ ਮੈਨੂੰ ਨਹੀਂ ਲੱਗਦਾ ਮੈਨੂੰ ਕੋਈ ਟਿਪ ਜਾਂ ਦੀ ਜ਼ਰੂਰਤ ਹੈ ਆਈ ਮੀਨ ਇਟ ਮੈਨੂੰ ਅਸਲ 'ਚ ਜਦੋਂ ਮੈਂ ਆਪਣੇ ਪੁਰਾਣੇ ਦਿਨ ਦੇਖਦਾ ਤਾਂ ਮੈਂ ਦੇਖਦਾ ਕਿ ਅੱਜ ਦੇ ਜੋ ਦਿਨ ਹੈ ਪਰਮਾਤਮਾ ਨੇ ਜੋ ਦਿੱਤਾ ਮੈਂ ਥੈਂਕਸ ਨਹੀਂ ਕਰ ਸਕਦਾ ਆਈ ਗੈਸ ਕੋਈ ਵੀ ਆਰਟਿਸਟ ਜਦੋਂ ਆਪਣੇ ਪਹਿਲਾਂ ਲਰਨਿੰਗ ਪੀਰੀਅਡ ਹੁੰਦਾ ਕਈ ਆਰਟਿਸਟ ਰਨਿੰਗ ਪੀਰੀਅਡ ਕਹਿੰਦੇ ਆ ਪਰ ਮੈਂ ਲਰਨਿੰਗ ਪੀਰੀਅਡ ਕਹਿਣਾ ਬਿਕੋਜ਼ ਉਹ ਪੀਰੀਅਡ ਨਾ ਹੁੰਦਾ ਸ਼ਾਇਦ ਇੱਥੇ ਨਾ ਆਏ ਹੁੰਦੇ ਸੋ ਉਹ ਉਹ ਦਿਨ ਜਦੋਂ ਮੈਂ ਇਹ ਦਿਨਾਂ ਨਾਲ ਕੰਪੇਅਰ ਕਰਦਾ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਅਤੇ ਇੰਸਪਾਇਰ ਹੁੰਦਾ ਕਿ ਇੰਨੀ ਜੇ ਮਿਹਨਤ ਕਰਕੇ ਇੱਥੋਂ ਤੱਕ ਆਏ ਹਾਂ ਤਾਂ ਮੈਂ ਉਹ ਦਿਨਾਂ 'ਚ ਵਾਪਸ ਨਹੀਂ ਜਾਣਾ ਚਾਹੁੰਦਾ ਮੈਂ ਇਹਨਾਂ ਦਿਨਾਂ ਨੂੰ ਹੋਰ ਬੈਟਰ ਕਰਨਾ ਚਾਹੁੰਦਾ ਮਿਹਨਤ ਕਰਕੇ ਗਰੀਡੀ ਹੋ ਕੇ ਨਹੀਂ ਬਟ ਸਿਰਫ ਆਪਦੇ ਗੋਲ ਸੈੱਟ ਕੀਤੇ ਹੋਏ ਨੇ ਪਰਮਾਤਮਾ ਦੀ ਕਿਰਪਾ ਨਾਲ ਬਸ ਇਹ ਹੁੰਦਾ ਕਿ ਉਹਨਾਂ ਤੋਂ ਭਟਕਣਾ ਨਹੀਂ ਕਿਉਂਕਿ ਰੱਬ ਨੇ ਜੇ ਤੁਹਾਡੀ ਉਂਗਲ ਫੜੀ ਆ ਤੁਹਾਨੂੰ ਇੰਨੇ ਜਾਣਿਆਂ 'ਚੋਂ ਪਿੱਕ ਕੀਤਾ ਕਿ ਤੂੰ ਤੇਰੀ ਮੈਂ ਆਹ ਡਿਊਟੀ ਲਾਈ ਹੈ ਤਾਂ ਮੈਂ ਡਿਊਟੀ ਨਿਭਾਉਣ ਦੇ 24 ਆਵਰਸ 24 ਅਤੇ 24 ਘੰਟੇ 365 ਦਿਨ ਸਾਲ ਦੇ ਜ਼ਰੂਰ ਆਪਣੀ ਜਿਹੜੀ ਆ ਡੈਡੀਕੇਸ਼ਨ ਆ ਮੇਰਾ ਤਾਂ ਇਹ ਹੋਊਗਾ ਕਿ ਫੈਮਲੀ ਨਾਲ ਟਾਈਮ ਸਪੈਂਡ ਕਰਨਾ ਅਤੇ ਜੇ ਫੈਮਲੀ ਨਾਲ ਆਲਰੇਡੀ ਹੈਗੇ ਹਾਂ ਤਾਂ ਫਿਰ ਯਾਰਾਂ ਦੋਸਤਾਂ ਨਾਲ ਕਿਤੇ ਘੁੰਮਣ ਫਿਰਨ ਚੱਲ ਜਾਣਾ ਪਾਰਟੀ ਸ਼ਾਰਟੀ ਕਰਨੀ ਥੋੜ੍ਹਾ ਜਿਹਾ ਮੂਡ ਰਿਲੈਕਸ ਕਰ ਮੇਰਾ ਤਾਂ ਐਨੀਵੇਜ਼ ਫੋਨ ਮੇਰੇ ਕੋਲ ਨਹੀਂ ਹੁੰਦਾ ਕਿਉਂਕਿ ਹੁਣ ਮੇਰੀ ਡਾਟਰ ਕੋਲ ਹੁੰਦਾ ਸੋ ਉਹੀ ਮੇਰੀ ਡਿਊਟੀ ਮੇਰੀ ਡਾਟਰ ਨਾਲ ਵਿਦ ਮਾਈ ਫੈਮਲੀ ਅਤੇ ਬਸ ਅੱਛਾ ਟੀ ਵੀ ਚੱਲਦਾ ਹੈ ਇੱਕ ਫਿਲਮ ਦੇਖ ਲੈਂਦੀ ਟੀ ਵੀ 'ਤੇ ਜਿੱਥੇ ਤੁਸੀਂ ਅੱਛਾ ਤੁਸੀਂ ਨੋ ਇਲੈਕਟ੍ਰੀਸਿਟੀ ਹੀ ਸੈਟ ਰੀਡ ਅ ਬੁੱਕ ਜਦੋਂ ਉਹ ਸੋ ਜਾਊਗੀ ਦੈਟਸ ਅਬਾਊਟ ਇਟ ਆਟੇ ਦੀ ਚਿੜੀ ਨਾਲ ਜ਼ਰੂਰ ਖੇਡਦੇ ਰਹੇ ਹਾਂ ਪਰ ਮੇਰਾ ਜਿਹੜਾ ਸੀ ਚਾਈਲਡਹੁੱਡ ਥੋੜ੍ਹਾ ਜਿਹਾ ਡਿਫਰੈਂਟ ਸੀ ਮੈਂ ਕਦੇ ਕਿਸੇ ਗੈਜਟ ਨਾਲ ਨਹੀਂ ਖੇਡਿਆ ਨਾ ਹੀ ਮੈਨੂੰ ਕੋਈ ਸ਼ੌਂਕ ਸੀਗਾ ਐਂਡ ਲਾਈਕ ਇਹ ਗੱਲ ਪੇਰੈਂਟਸ ਵੀ ਥੋੜ੍ਹਾ ਜਿਹਾ ਸ਼ੌਕ ਸੀਗਾ ਕਿ ਲਾਈਕ ਨਾ ਮੈਂ ਕਦੇ ਕੋਈ ਚੀਜ਼ ਮੰਗੀ ਹੈ ਨਾ ਹੀ ਮੈਨੂੰ ਕਦੇ ਮਿਲੀ ਹੈ ਇੰਨਾ ਜ਼ਰੂਰ ਸੀ ਕਿ ਮੈਨੂੰ ਖੇਡਣ ਦਾ ਬੜਾ ਚਾਅ ਹੁੰਦਾ ਸੀ ਜਦੋਂ ਥੋੜ੍ਹੀ ਜਿਹੀ ਸੁਰਤ ਸੰਭਾਲੀ ਜਾਂ ਥੋੜ੍ਹਾ ਜਿਹਾ ਖੇਡਣ ਯੋਗ ਹੋ ਗਏ ਤਾਂ ਮੈਂ ਪਹਿਲਾਂ ਕ੍ਰਿਕਟ ਬਹੁਤ ਖੇਡੀ ਹੈ ਚਲੋ ਕ੍ਰਿਕਟ ਤਾਂ ਥੋੜ੍ਹੀ ਜਿਹੀ ਵੱਡਾ ਹੋ ਕੇ ਖੇਡੀ ਉਦੋਂ ਪਹਿਲਾਂ ਵੀ ਮੈਨੂੰ ਮਤਲਬ ਬੱਚਿਆਂ ਵਾਲੀਆਂ ਗੇਮਾਂ ਜਿੰਨੀਆਂ ਵੀ ਹੈ ਆਪਣਾ ਲੁਕਣ ਮੀਚੀ ਹੋ ਗਈ ਇਹੋ ਜਿਹੀ ਚੀਜ਼ ਇਹ ਚੀਜ਼ਾਂ ਮੈਨੂੰ ਜ਼ਿਆਦਾ ਐਕਸਾਈਟ ਕਰਦੀਆਂ ਸੀ ਰਦਰ ਦੈਨ ਕਿ ਕੋਈ ਰਿਮੋਟ ਵਾਲੀ ਕਾਰ ਲਵਾਂ ਜਾਂ ਕੁਛ ਹੋਰ ਲਵਾਂ ਆਈ ਥਿੰਕ ਮੈਂ ਜੋ ਚੀਜ਼ ਦੇਖੀ ਹੈ ਨੇੜਿਓਂ ਕਿ ਮੋਮ ਡੈਡ ਨੇ ਬੜਾ ਮਿਹਨਤ ਕੀਤੀ ਹੈ ਸਾਡੀਆਂ ਚੀਜ਼ਾਂ ਨੂੰ ਸਾਡੀਆਂ ਪੜ੍ਹਾਈਆਂ ਦੇ ਖਰਚੇ ਸਾਡੇ ਰਹਿਣ ਦੇ ਖਰਚੇ ਬਾਹਰ ਸਾਨੂੰ ਐਜੂਕੇਟ ਕਰਨ ਲਈ ਜੋ ਉਹਨਾਂ ਨੇ ਸੈਕਰੀਫਾਈਸ ਕੀਤੇ ਆ ਕਦੇ ਕੋਈ ਚੀਜ਼ ਨੂੰ ਇੰਜੋਏ ਨਹੀਂ ਕੀਤਾ ਬਸ ਉਹਨਾਂ ਨੂੰ ਇਹ ਹੁੰਦਾ ਕਿ ਬੱਚੇ ਇੰਜੋਏ ਕਰ ਲੈਣ ਸੋ ਜਦੋਂ ਉਹ ਦਿਨ ਯਾਦ ਆਉਂਦੇ ਆ ਕਿ ਵੀ ਮੋਮ ਡੈਡ ਨੇ ਉਦੋਂ ਕਿਵੇਂ ਕਿਵੇਂ ਸਾਡੇ ਲਈ ਕੀ ਕੀਤਾ ਸੋ ਉਹ ਦਿਨ ਫਿਰ ਦੁਬਾਰਾ ਇੱਕ ਵਾਰੀ ਫਲੈਸ਼ਬੈਕ 'ਚ ਲੈ ਜਾਂਦੇ ਆ ਅਤੇ ਫਿਰ ਹੁਣ ਅੱਜ ਇਹ ਡਿਊਟੀ ਸਮਝ ਆਉਂਦੀ ਹੈ ਕਿ ਜਦੋਂ ਉਹਨਾਂ ਨੇ ਸਾਡੇ ਲਈ ਕੀਤਾ ਤਾਂ ਹੁਣ ਸਾਡੀ ਵਾਰੀ ਉਹਨਾਂ ਲਈ ਕਰਨਾ ਤੇਰਾ ਕੁੜੀਆਂ 'ਚ ਚਰਚਾ ਕਰੋਪ ਟੋਪ ਦਾ ਜੱਟ ਦਾ ਮੰਡੀਰ ਵਿੱਚ ਰੈਂਕ ਟੋਪ ਦਾ ਜਿਹੜਾ ਮਰਜ਼ੀ ਤੂੰ ਸੂਟ ਚੱਕ ਮੈਂ ਨਹੀਂ ਟੋਕਦਾ ਮਰਜ਼ੀ ਤੂੰ ਸੂਟ ਚੱਕ ਮੈਂ ਨਹੀਂ ਟੋਕਦਾ ਨੀ ਕਿਰਾ ਹਾਂ ਤਾਂ ਕਰੇ ਜੇ ਜੱਟ ਨੂੰ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨੀ ਸਾਡੇ ਬੋਲ ਦੀ ਬਲੱਡ ਵਿੱਚ ਤੂੰ ਪ੍ਰਿੰਸ ਆਈ ਥਿੰਕ ਅਮਰਿਤ ਜੀ ਕਾਫੀ ਮਤਲਬ ਮੈਨੂੰ ਰੋਇਲ ਲੱਗਦਾ ਪ੍ਰਿੰਸ ਕੁਈਨ ਤਾਂ ਚਲੋ ਇਹਨਾਂ ਨੂੰ ਮਤਲਬ ਮੈਂ ਕਹਿ ਸਕਦਾ ਕਿ ਇਹਨਾਂ 'ਚ ਇੱਕ ਕੁਆਲਿਟੀ ਮੈਨੂੰ ਜੋ ਲੱਗਦੀ ਹੈ ਜੋ ਹੋਊਗੀ ਇਹਨੂੰ ਆਈ ਥਿੰਕ ਸ਼ੀ ਇਜ਼ ਵੈਰੀ ਲੋਇਲ ਟੂ ਐਨੀਥਿੰਗ ਤਾਂ ਇਹਨਾਂ ਨੂੰ ਮੈਂ ਲੋਇਲ ਦਾ
ਸਰ ਲੋਇਲ ਹੋਣ ਗਿਆ ਰਿਕ ਹਾਂਜੀ ਮੈਂ ਤੁਹਾਡੇ ਲਈ ਬਣਾਉਂਗੀ ਇੱਕ ਲਾਈਕ ਸੁਪਰ ਪਾਵਰ ਕਿਉਂਕਿ ਤੁਹਾਨੂੰ ਜੋ ਭੁੱਖ ਲੱਗਦੀ ਹੈ ਫਿਰ ਤੁਹਾਨੂੰ ਮਤਲਬ ਕੁਛ ਨਹੀਂ ਹੀ ਨੀਡਸ ਟੂ ਈਟ ਹਿਜ਼ ਫੂਡ ਮਤਲਬ ਕੋਈ ਇਹੋ ਜਿਹਾ ਸੁਪਰ ਪਾਵਰ ਕਿ ਜੋ ਵੀ ਚਾਹੁੰਦੇ ਆ ਮਤਲਬ ਪਰੌਂਠੇ ਜਾਂ ਸਾਗ ਜੋ ਉਹ ਹਾਜ਼ਰ ਹੋ ਜਾਵੇ ਬਸ ਆਏ ਇਹਨਾਂ ਲਈ ਹੈ ਨਾ ਇਹਨਾਂ ਲਈ ਮੈਂ ਇਹੋ ਜਿਹਾ ਗੈਜਟ ਬਣਾਉਣਾ ਚਾਹੁੰਦਾ ਕਿ ਛਾਲ ਮਾਰੀ ਕੈਨੇਡਾ ਛਾਲ ਮਾਰੀ ਇੰਡੀਆ ਤਾਂ ਕਿ ਫੈਮਿਲੀ ਨੂੰ ਵੀ ਟਾਈਮ ਦੇ ਸਕਣ ਕੰਮ ਹੋ ਰਿਹਾ ਪਰਫੈਕਟ ਜਦੋਂ ਮੈਂ ਛੋਟੀ ਸੀ ਮੇਰੇ ਪਿੱਛੇ ਨਾ ਇੱਕ ਕੁੱਤਾ ਭੱਜਿਆ ਸੀ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਨੂੰ ਕੁੱਤਿਆਂ ਤੋਂ ਬਹੁਤ ਡਰ ਲੱਗਦਾ ਆਈ ਨੋ ਯੂ ਹੈਵ ਪੈਟ ਪਾਵਲੋ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਵੀ ਪੱਪੀ ਰੱਖੋ ਤੇ ਮੈਨੂੰ ਬੜਾ ਵਧੀਆ ਰਿਸਪੌਂਸ ਉਹਨਾਂ ਨੇ ਕੋਈ ਸਮਝ ਗਿਆ ਸੀਗਾ ਕਿ ਲਾਈਕ ਇੰਟਰਸਟਡ ਨਹੀਂ ਹੈ ਕਿ ਹਾਂ ਇਹ ਮੈਨੂੰ ਲੱਗਦਾ ਹਾਂ ਕਾਫੀ ਵਾਰ ਕਰ ਚੁੱਕੀ ਹਾਂ ਆਈ ਮੀਨ ਨਾਟ ਇਨ ਦਿਸ ਏਜ ਬਟ ਜਦੋਂ ਛੋਟੀ ਨਹੀਂ ਮਤਲਬ ਮੇਰੇ ਕੋਲ ਕੰਪਲੀਮੈਂਟ ਆ ਹੁਣ ਸਕੂਲ ਦੇ ਵਿੱਚ ਡਿਫਰੈਂਟ ਇਨਵਾਇਰਨਮੈਂਟ ਹੁੰਦਾ ਉਦੋਂ ਤਾਂ ਸਾਰੇ ਤੁਹਾਡੇ ਜਿਹੜੇ ਮੁੰਡੇ ਕੁੜੀਆਂ ਪੜ੍ਹਦੇ ਹੁੰਦੇ ਆ ਸਾਰੇ ਦੋਸਤ ਹੁੰਦੇ ਆ ਕਿਉਂਕਿ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਕਦੇ ਇੱਦਾਂ ਦੀ ਚੀਜ਼ਾਂ ਬਹੁਤੀਆਂ ਹੁੰਦੀਆਂ ਨਹੀਂ ਮੈਂ ਤਾਂ ਜਿਹੜਾ ਸਾਡਾ ਗਰੁੱਪ ਹੁੰਦਾ ਸੀ ਤਾਂ ਅਸੀਂ ਇੰਨੇ ਸ਼ਾਇਦ ਨਹੀਂ ਸੀ ਇੱਕ ਦੂਜੇ ਨਾਲ ਲਾਈਕ ਪ੍ਰੈਂਕਸ ਵਗੈਰਾ ਕਰਦੇ ਰਹਿੰਦੇ ਸੀ ਮੈਂ ਨਹੀਂ ਕਰਦੀ ਕਦੀ ਕਦੀ ਸ਼ੂਟ 'ਤੇ ਵੀ ਹੋ ਜਾਂਦਾ ਮੈਂ ਇੱਕ ਇੱਕ ਪ੍ਰੋਟੀਨ ਬਾਰ ਆ ਮਤਲਬ ਇੰਨਾ ਵੱਡਾ ਹੁਣ ਜੇ ਸਾਰਿਆਂ ਨੂੰ ਆਫਰ ਕਰੂੰਗੀ ਤਾਂ ਮੇਰੇ ਕੋਲ ਕੀ ਰਹਿ ਜੂਗਾ ਇੱਕ ਤਾਂ ਮੈਂ ਡਾਇਟ ਅਤੇ ਸੋ ਯਾ ਮੈਂ ਆਹੀ ਆ ਕਿ ਜੇ ਹੁਣ ਕੁਛ ਔਡਰ ਕਰਨਾ ਸਾਰੇ ਔਡਰ ਕਰ ਸਕਦੇ ਨਾ ਮੈਂ ਕਦੀ ਕਿਸੇ ਨੂੰ ਮਨਾ ਨਹੀਂ ਕੀਤਾ ਸੋ ਖੜਾ ਬੰਦਾ ਔਡਰ ਕਰ ਦਿਉ ਮੇਰਾ ਖਾਣਾ ਕਿਉਂ ਥੋੜ੍ਹੀਆਂ ਥੋੜ੍ਹੀਆਂ ਮੈਂ ਪਿੰਡ 'ਚ ਜਦੋਂ ਜਾਂਦੇ ਹੁੰਦੇ ਸੀ ਆਪਦੇ ਪਿੰਡ ਉੱਥੇ ਕਰ ਲੈਂਦੇ ਸੀ ਮਾੜਾ ਮੋਟਾ ਪਰ ਮੁੜ ਕੇ ਇੰਨਾ ਕਦੇ ਟਾਈਮ ਨਹੀਂ ਲੱਗਿਆ ਇੱਧਰ ਸ਼ਹਿਰ ਆ ਗਏ ਅਤੇ ਫਿਰ ਇੱਧਰ ਚੰਡੀਗੜ੍ਹ ਆ ਗਿਆ ਮੈਂ ਪਰ ਜਿੰਨੀਆਂ ਕੁ ਵੀ ਆਉਂਦੀਆਂ ਉਨੀਆਂ ਕੁ ਆਉਂਦੀਆਂ ਮੈਂ ਹਾਂਜੀ ਸਰ ਇਹ ਸੀ ਸਾਡੇ ਦਿਲ ਦੀ ਗੱਲ ਅਸੀਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕੀਤੀ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਊਗੀ ਅਤੇ ਆਟੇ ਦੀ ਚਿੜੀ ਤੁਸੀਂ ਸਾਰੇ ਜਾਣੇ ਸਹਿ ਪਰਿਵਾਰ ਦੇਖ ਕੇ ਆਇਓ ਜਾਣਾ ਹਾਂਜੀ ਪਲੀਜ਼ ਜ਼ਰੂਰ ਜਾ ਕੇ ਦੇਖਿਓ ਆਟੇ ਦੀ ਚਿੜੀ ਜੇ ਨਹੀਂ ਦੇਖੀ ਹਜੇ ਤੱਕ ਅਤੇ ਮਿਲਦੇ ਹਾਂ ਨੈਕਸਟ ਟਾਈਮ ਕਿਉਂਕਿ ਹੁਣ ਸਾਡੇ ਜਾਣ ਦਾ ਟਾਈਮ ਹੋ ਗਿਆ ਹੈ ਟਿਲ ਦੈਨ ਕੀਪ ਵਾਚਿੰਗ ਦਾ ਨੈਕਸਟ ਸੈਸ਼ਨ ਟਸ਼ਨ ਹੈ ਨਾਈਨ ਐਕਸਟੈਸ਼ਨ ਦਿਲ ਦੀ ਗੱਲ